ਦੀ ਫਸਲ ਵਗੈਰਾ ਤੇ ਅੱਛੀ ਹੁੰਦੀ ਹੈ। ਹੁਣ ਛੋ ਢੇਰੀ ਢੀ ਵੱਡੀ ਨਹੀਂ ਹੁੰਦੀ, ਆਪਾਂ ਕਹਿੰਦੇ ਕਿੰਨੀ ਹੋਵੇ, ਕਹਿੰਦਾ 70 ਮਣ 80 ਮਣ, ਠੀਕ ਹੈ ਜੀ। ਛੋਟੀ ਜੀ ਢੇਰੀ ਤੋਂ ਹੀ ਅੱਛੀ ਜਿਹੜੀ ਨਾ ਆਪਣੀ ਫਸਲ ਉਹ ਲੈ ਲੈਂਦੇ ਨੇ। ਇਹਦੀ ਮੇਨ ਵਜ੍ਹਾ ਕੀ ਹੈ? ਆਪਣੀ ਜਿਹੜੀ ਜਦੋਂ ਆਪਾਂ ਪੋਟਾਸ਼ ਜਿਹੜੀ ਹੈ ਇਹਨੂੰ ਇਸਤੇਮਾਲ ਕਰਾਂਗੇ, ਜਿਹੜੀ ਸਾਡੀ ਪੋਟਾਸ਼ ਬੈਸਟ ਫਿਟ ਦੇ ਨਾਮ ਤੋਂ ਹੈ। ਬੈਸਟ ਫਿਟ ਜਦੋਂ ਆਪਾਂ ਇਸਤੇਮਾਲ ਕਰਾਂਗੇ, ਬੈਸਟ ਫਿਟ ਉਹ ਜ਼ਮੀਨ ਤੋਂ ਲੈ ਕੇ ਜਦੋਂ ਪੌਦਾ ਆਪਣੇ ਦਾਣੇ ਤੱਕ ਲੈ ਕੇ ਆਏਗਾ, ਉਹਦੀ ਮੁਕੰਮਲ ਇੱਕ ਤਾਂ ਭਰਾਈ ਕਰੇਗਾ। ਭਰਾਈ ਜਦੋਂ ਹੋਏਗੀ, ਇੱਕ ਚੀਜ਼ ਦੀ ਭਰਾਈ ਮੁਕੰਮਲ ਹੋਗੀ, ਉਸਦੀ ਵਜ੍ਹਾ ਤੋਂ ਕੀ ਹੋਏਗਾ, ਵਜ਼ਨ ਬਣ ਜਾਏਗਾ। ਇੱਕ ਤਾਂ ਭਰਾਈ ਭਰਪੂਰ ਹੋਏਗੀ, ਦੂਸਰਾ ਜਿਹੜਾ ਉਹਦਾ ਵਜ਼ਨ ਜਿਹੜਾ ਉਹ ਵੱਧ ਜਾਏਗਾ। ਇਹਦੀ ਵਜ੍ਹਾ ਤੋਂ ਜਿਹੜਾ ਅਸੀਂ ਤਕਰੀਬਨ 8 ਤੋਂ 10 ਮੰਨ ਤੱਕ ਕਲੇਮ ਕਰਦੇ ਹਾਂ ਕਿ 8 ਤੋਂ 10 ਮੰਨ ਸਾਡੀ ਜਿਹੜੀ ਗੰਦਮ ਦੀ ਪੈਦਾਵਾਰ ਇਨਸ਼ਾਅੱਲਾ ਬੈਸਟ ਫਿਟ ਜਿਹੜੀ ਸਾਡੀ ਪੋਟਾਸ਼ ਉਹਨੂੰ ਇਸਤੇਮਾਲ ਕਰਨ ਨਾਲ ਵੱਧ ਜਾਂਦੀ ਹੈ। ਅਤੇ ਇਹ ਤਕਰੀਬਨ ਅੱਜ ਤੋਂ ਅਗਰ 4 ਤੋਂ 5 ਸਾਲ ਪਹਿਲੇ ਅਸੀਂ ਵੇਖੀਏ ਆਪਣੇ ਕਿਸਾਨ ਭਾਈਆਂ ਨੂੰ, ਅਤੇ ਲੋਕ ਜਿਹੜੇ ਨਾ ਪੋਟਾਸ਼ ਵੱਲ ਨਹੀਂ ਆ ਰਹੇ ਸੀਗੇ। ਅੱਜ ਵੀ ਤਕਰੀਬਨ 10-15 ਲੋਕਾਂ ਦੇ ਅੰਦਰ ਅਗਰ ਅਸੀਂ ਲੋਕਾਂ ਕੋਲ ਪੁੱਛਣਾ ਸ਼ੁਰੂ ਕਰੀਏ, ਤਕਰੀਬਨ 6-7 ਫਾਰਮਰ ਐਸੇ ਜ਼ਰੂਰ ਨਿਕਲੇ ਆਣਗੇ ਜਿਹੜੀ ਆਪਣੀ ਹਰ ਫਸਲ 'ਤੇ ਪੋਟਾਸ਼ ਦਾ ਇਸਤੇਮਾਲ ਲਾਜ਼ਮੀ ਕਰਦੇ ਨੇ। ਇਹਦੀ ਵਜ੍ਹਾ ਕੀ ਹੈ ਕਿ ਉਹਨਾਂ ਨੇ ਇਸ ਚੀਜ਼ ਦਾ ਰਿਜ਼ਲਟ ਵੇਖਿਆ, ਰਿਜ਼ਲਟ ਵੇਖਣ ਦੇ ਬਿਨਾਂ 'ਤੇ ਹੀ ਉਹ ਅੱਗੇ ਇਸਤੇਮਾਲ ਕਰ ਰਹੇ ਨੇ। ਹੁਣ ਰਿਜ਼ਲਟ ਅਕਸਰ ਅਸੀਂ ਕਹਿੰਦੇ ਕਿ ਯਾਰ ਸਾਡੀ ਚੀਜ਼ ਇਸਤੇਮਾਲ ਕਰਨ ਦੀ ਵਜ੍ਹਾ ਤੋਂ ਰਿਜ਼ਲਟ, ਜੇ ਅਸੀਂ ਪੋਟਾਸ਼ ਇਸਤੇਮਾਲ ਕੀਤੀ ਹੈ ਕੋਈ ਮਜ਼ਾ ਨਹੀਂ ਆਇਆ। ਫਾਰਮਰ ਹਜ਼ਰਾਤ ਥੋੜ੍ਹਾ ਜਿਹਾ ਇਹ ਕਰ ਲੈਂਦੇ ਨੇ ਕਿ ਯਾਰ ਇੱਕ ਚੀਜ਼ ਜਿਹੜੀ ਤੁਸੀਂ ਲੈ ਰਹੇ ਹੋ 7,000 ਦੀ ਜਾਂ 8,000 ਦੀ, ਉਹ ਤੁਸੀਂ 1,500 ਦੇ ਪਿੱਛੇ ਥੋੜ੍ਹਾ ਬਹੁਤ ਜਿਹੜਾ ਨਾ ਕਰ ਜਾਂਦੇ ਹੋ ਕੰਪਰੋਮਾਈਜ਼ ਕਿ ਚਲੋ ਯਾਰ ਇੱਕ 8,000 ਦੀ ਇੱਕ 7 ਤੋਂ 7 ਹੀ ਲੈ ਲੈਂਦੇ ਹੋ। ਕੋਸ਼ਿਸ਼ ਕਰਿਆ ਕਰੋ ਕਿ ਚੀਜ਼ ਜਿਹੜੀ ਤੁਸੀਂ ਇਸਤੇਮਾਲ ਕਰ ਹੀ ਰਹੇ ਹੋ ਅਤੇ ਇੱਕ ਅੱਛੀ ਚੀਜ਼ ਇਸਤੇਮਾਲ ਕਰਿਆ ਕਰੋ। ਸਾਡੀ ਬੈਸਟ ਫਿਟ ਜਿਹੜੀ ਹੈ ਉਹ ਯੂਰਪ ਦੀ ਇੰਪੋਰਟ ਹੈ, ਯੂਰਪ ਤੋਂ ਅਸੀਂ ਮੰਗਵਾਈ ਹੈ। ਸਪੈਸ਼ਲ ਜਿਹੜੀ ਹੈ ਨਾ ਪੈਕਿੰਗ ਇਹਦੀ 10 ਕਿਲੋ ਵਾਲੀ ਪੈਕਿੰਗ ਵੀ ਹੈ ਅਤੇ ਬਾਕੀ 25 ਕਿਲੋ ਵਾਲੀ ਪੈਕਿੰਗ 'ਚ ਵੀ ਜਿਹੜੀ ਹੈ ਨਾ ਇਹ ਇੱਥੇ ਸਾਡੇ ਕਿਸਾਨਾਂ ਜ਼ਰੀ ਕਾਰਪੋਰੇਸ਼ਨ 'ਚ ਇਹ ਮੌਜੂਦ ਹੈ। ਅਤੇ ਬੈਸਟ ਫਿਟ ਦਾ ਇੱਕ ਸਭ ਤੋਂ ਜਿਹੜਾ ਇਹਦਾ ਮਸਬਤ ਕੰਮ ਮੈਂ ਦੱਸ ਸਮਝਦਾ ਉਹ ਇਹ ਹੈ ਕਿ ਇਹ 100% ਹੱਲ ਪਜ਼ੀਰ ਹੈ। ਤੁਸੀਂ ਅਕਸਰ ਤੁਸੀਂ ਪੋਟਾਸ਼ ਇਸਤੇਮਾਲ ਕਰਦੇ ਹੋਣੇ ਜਾਂ ਤੁਸੀਂ ਪੋਟਾਸ਼ ਇਸਤੇਮਾਲ ਕੀਤੀ ਹੋਣੀ, ਉਹ ਤੁਸੀਂ ਖੋਰਦੇ ਹੋ ਬਾਅਦ ਥੋੜ੍ਹੀ ਬਹੁਤ ਬਚ ਜਾਂਦੀ ਹੈ, ਠੀਕ ਹੈ ਜੀ। ਉਹ ਕਿਸਾਨ ਜਿਹੜਾ ਉਹ ਕਲੇਮ ਕਰਦਾ ਹੈ ਕਿ ਯਾਰ ਅੱਛੇ ਤਰੀਕੇ ਨਾਲ ਜਿਹੜੀ ਹੱਲ ਪਜ਼ੀਰ ਨਹੀਂ ਹੈ। ਇਹ 100% ਇਸ ਤਰ੍ਹਾਂ ਜਿਵੇਂ ਆਪਾਂ ਚੀਨੀ ਇੱਕ ਚੀਜ਼ ਮਿਕਸ ਕਰਦੇ ਹਾਂ ਅਤੇ ਉਹਦਾ ਰੰਗ ਜਿਹੜਾ ਚੀਨੀ ਦਾ ਆਪਣਾ ਰੰਗ ਕੋਈ ਨਹੀਂ ਚੜਦਾ, ਠੀਕ ਹੈ ਜੀ, ਉਹ ਪਾਣੀ ਤਰ੍ਹਾਂ ਹੀ ਹੋ ਜਾਂਦੀ। ਇਸੇ ਤਰੀਕੇ ਨਾਲ 100% ਇਹ ਹੱਲ ਪਜ਼ੀਰ ਹੈ। ਅੱਛੇ ਤਰੀਕੇ ਨਾਲ ਪੌਦੇ ਨੂੰ ਵੀ ਜਿਹੜਾ ਨਾ ਅੱਛੇ ਤਰੀਕੇ ਨਾਲ ਮਿਲ ਜਾਂਦੀ ਹੈ ਅਤੇ ਉਹ ਅੱਛੇ ਤਰੀਕੇ ਨਾਲ ਉਹਨੂੰ ਲੈ ਕੇ ਆਪਣੀ ਜਿਹੜੀ ਵਰਕਿੰਗ ਕਰ ਲੈਂਦਾ। ਹੁਣ ਜਿਹੜਾ ਮੌਸਮ ਆ ਗਿਆ, ਹੁਣ ਹਵਾਵਾਂ ਵਗੈਰਾ ਚੱਲ ਪਈਆਂ ਨੇ, ਆਪਾਂ ਪਾਣੀ ਲਾਉਂਦੇ ਹਾਂ, ਅਕਸਰ ਲੋਕ ਕਹਿੰਦੇ ਸਾਡੀ ਗੰਦਮ ਗਿਰ ਜਾਂਦੀ ਹੈ। ਇੱਕ ਤਾਂ ਇਹ ਕਿ ਕੋਸ਼ਿਸ਼ ਕਰੋ ਕਿ ਪਾਣੀ ਥੋੜ੍ਹਾ ਘੱਟ ਇਸਤੇਮਾਲ ਕਰੋ, ਮਤਲਬ ਥੋੜ੍ਹਾ ਲਾਇਆ ਹਲਕਾ ਹਲਕਾ ਫੇਰ ਦਿੱਤਾ ਅਤੇ ਨਾਲ ਜਦੋਂ ਕਿਉਂਕਿ ਅਸੀਂ ਫਾਸਫੋਰਸ ਦਿੱਤੀ ਹੋਈ ਹੈ, ਜ਼ਿਆਦਾਤਰ ਕਿਸਾਨ ਛੱਟਾ ਕਰ ਦਿੰਦੇ ਨੇ ਸ਼ੁਰੂ 'ਚ DAP ਦਾ, ਉਸ ਤੋਂ ਬਾਅਦ ਉਹਨੂੰ ਫਾਸਫੋਰਸ ਵੀ ਨਹੀਂ ਮਿਲੀ, ਯੂਰੀਆ 1-2 ਅਸੀਂ ਕਰ ਦਿੰਦੇ, ਉਸ ਤੋਂ ਬਾਅਦ ਆਪਣੀ ਗੰਦਮ ਨੂੰ ਬਿਲਕੁਲ ਹੀ ਛੱਡਤਾ। ਇਸ ਮੌਕੇ 'ਤੇ ਆ ਕੇ ਜਦੋਂ ਗੰਦਮ ਆਪਣੀ ਇੱਕ ਕਿਸਮ ਦੇ ਬਲੂਗਤ ਵੱਲ ਜਾ ਰਹੀ ਹੈ ਜਾਂ ਪੱਕਣੇ ਵੱਲ ਜਾ ਰਹੀ ਹੈ, ਉਹਦੇ 'ਚ ਜਿਹੜਾ ਨਾ ਖੁਰਾਕ ਦੀ ਬਹੁਤ ਜ਼ਰੂਰਤ ਹੈ। ਉਹ ਖੁਰਾਕ ਜਿਹੜੀ ਹੈ ਉਹ ਤੁਸੀਂ ਕੋਸ਼ਿਸ਼ ਕਰਿਆ ਕਰੋ ਪੋਟਾਸ਼ ਦੀ ਸ਼ਕਲ 'ਤੇ ਇਸ ਟਾਈਮ ਜ਼ਰੂਰ ਦਿਆ ਕਰੋ। ਇਹਦੇ 'ਚ ਜਿਹੜਾ ਨਾ ਆਪਣਾ ਪੌਦਾ ਤਾਕਤਵਰ ਹੋ ਜਾਏਗਾ ਅਤੇ ਇਨਸ਼ਾਅੱਲਾ ਹਲਕੀ ਫੁਲਕੀ ਜਿਹੜੀ ਆ ਹਵਾ ਵਗੈਰਾ ਤੋਂ ਜਾਂ ਹਲਕਾ ਫੁਲਕਾ ਕੋਈ ਇੱਕ ਝੋਕਾ ਲੱਗ ਗਿਆ, ਉਸ ਤੋਂ ਇਨਸ਼ਾਅੱਲਾ ਤੁਹਾਡੀ ਜਿਹੜੀ ਨਾ ਗੰਦਮ ਉਹ ਗਿਰੇਗੀ ਅਤੇ ਸਾਡੀ ਬੈਸਟ ਫਿਟ ਜਿਹੜੀ ਹੈ ਪੋਟਾਸ਼ ਇਨਸ਼ਾਅੱਲਾ ਉੱਥੇ ਅਵੇਲੇਬਲ ਹੋਏਗੀ। ਉਸ ਤੋਂ ਇਲਾਵਾ ਸਾਡੀ ਇੱਕ ਲਿਕੁਇਡ ਫਾਰਮ 'ਚ ਵੀ ਹੈ ਐਲੀਵੇਟ, ਇਹ 30% ਜਿਹੜੀ ਪੋਟਾਸ਼ ਜਿਹੜੀ ਨਾ ਇਹਦੇ 'ਚ ਅਵੇਲੇਬਲ ਹੈ ਅਤੇ ਇਹ ਇਨਸ਼ਾਅੱਲਾ ਤੁਹਾਨੂੰ 3 ਲੀਟਰ ਦੀ ਪੈਕਿੰਗ 'ਚ ਜਾਂ 20 ਲੀਟਰ ਦੀ ਡਰੰਮੀ ਜਿਹੜੀ ਹੈ ਉਹ ਵੀ ਤੁਹਾਨੂੰ ਜਿਹੜੀ ਇਨਸ਼ਾਅੱਲਾ ਉੱਥੋਂ ਮਿਲ ਜਾਏਗੀ। ਅਕਸਰ ਸਾਡੇ ਕਿਸਾਨ ਹਜ਼ਰਾਤ ਜਿਹੜੇ ਨੇ ਉਹ ਪਾਊਡਰ ਸ਼ੇਪ ਇਸਤੇਮਾਲ ਨਹੀਂ ਕਰਦੇ, ਉਹ ਕਹਿੰਦੇ ਨੇ ਅਸੀਂ ਯਾਰ ਜਿਹੜੀ ਪਾਣੀ ਵਾਲੀ ਹੁੰਦੀ ਹੈ ਇਹ ਹੀ ਫਲੈਡ ਕਰਦੇ ਹਾਂ, ਅਤੇ ਕਿਉਂਕਿ ਫਾਰਮਰ ਦੀ ਡਿਮਾਂਡ ਦੇ ਮੁਤਾਬਿਕ ਹੀ ਅਸੀਂ ਜਿਹੜਾ ਆਪਣਾ ਟੋਟਲ ਸੈਟਅਪ ਲੈ ਕੇ ਚੱਲਦੇ ਹਾਂ। ਇੱਕ ਚੀਜ਼ ਜਿਹੜੀ ਸਾਡੀ ਪੋਟਾਸ਼ ਹੈ ਇਨਸ਼ਾਅੱਲਾ ਤੁਹਾਨੂੰ 2 ਤੋਂ 3 ਸ਼ਕਲਾਂ ਜਿਹੜੀਆਂ ਉਹ ਮਿਲੇਗੀ। ਇਹ ਦਾਣੇਦਾਰ 'ਚ ਵੀ ਪਾਈ ਜਾਏਗੀ, ਅਕਸਰ ਲੋਕ ਪਸੰਦ ਕਰਦੇ ਨੇ ਕਿ ਯਾਰ ਅਸੀਂ ਸ਼ੁਰੂ 'ਚ ਇਹਦੇ ਛੱਟਾ ਕਰ ਦਈਏ, ਬਿਹਤਰੀਨ ਚੀਜ਼ ਉਹ ਹੈ ਕਿ ਤੁਸੀਂ ਸ਼ੁਰੂ 'ਚ ਛੱਟਾ ਕਰ ਦਿਓ, ਵੀ ਇਨਸ਼ਾਅੱਲਾ ਬੈਸਟ ਫਿਟ ਦਾਣੇਦਾਰ ਫਾਰਮ 'ਚ ਵੀ ਮਿਲੇਗੀ, ਪਾਊਡਰ ਫਾਰਮ 'ਚ ਵੀ ਮਿਲੇਗੀ। ਅਕਸਰ ਲੋਕ ਜਿਹੜਾ ਹੈ ਉਹ ਚਾਹੁੰਦੇ ਨੇ ਕਿ ਅਸੀਂ ਜਿਹੜਾ ਲਿਕੁਇਡ ਜਿਹੜੀ ਹੈ ਨਾ ਲਿਕੁਇਡ ਵਾਲੀ ਫਲੱਡ ਕਰੀਏ, ਅਤੇ ਲੀਟਰ ਵਾਲੀ ਅਤੇ 3 ਲੀਟਰ ਵਾਲੀ ਅਤੇ 20 ਲੀਟਰ ਵਾਲੀ ਤੁਹਾਨੂੰ ਉੱਥੇ ਜਿਹੜੀ ਮਿਲ ਜਾਏਗੀ। ਇਹਦੇ 'ਚ ਫਲੱਡ ਕਰਨ ਵਾਸਤੇ ਵੀ ਹੈਗੀ ਹੈ ਅਤੇ ਸਪਰੇ ਵਾਲੀ ਜਿਹੜੀ ਹੈ ਨਾ 1 ਲੀਟਰ ਪੈਕਿੰਗ ਐਲੀਵੇਟ ਦੇ ਨਾਮ ਤੋਂ, ਐਲੀਵੇਟ 30% ਜਿਹੜੀ ਪੋਟਾਸ਼ ਹੈ ਉਹ ਵੀ ਤੁਹਾਨੂੰ ਕਿਸਾਨਾਂ ਜ਼ਰੀ ਕਾਰਪੋਰੇਸ਼ਨ ਤੋਂ ਇਨਸ਼ਾਅੱਲਾ ਉਹ ਮਿਲ ਜਾਏਗੀ। ਅਤੇ ਇੱਥੇ ਤੱਕ ਗੱਲ ਹੋ ਗਈ ਸਾਡੀ ਗੰਦਮ ਦੀ, ਅਤੇ ਗੰਦਮ ਤੋਂ ਬਾਅਦ ਜਿਹੜਾ ਅਸੀਂ ਅਗਰ ਬਲਕਿ ਗੰਦਮ 'ਤੇ ਹੀ ਇੱਕ ਬੜੀ ਅਹਿਮ ਅਤੇ ਮਸਲਾ ਆ ਰਿਹਾ ਆਪਣੇ ਇਲਾਕੇ 'ਚ, ਉਹ ਹੈ ਜੀ ਘੁੰਗਰੀ। ਆਪਣੀ ਗੰਦਮ ਜਿਹੜੀ ਹੈ ਉਹ ਪੀਲੀ ਹੋ ਜਾਂਦੀ ਹੈ, ਇੱਕ ਤਾਂ ਵੈਸੇ ਪੀਲੀ ਹੋ ਜਾਂਦੀ ਹੈ ਉਹਨੂੰ ਜ਼ਰਾ ਖੁਰਾਕ ਦੀ ਕਮੀ ਦੀ ਵਜ੍ਹਾ ਤੋਂ ਪੀਲੀ ਹੋ ਜਾਂਦੀ ਹੈ। ਇੱਕ ਹੁੰਦਾ ਹੈ ਕਿ ਉਹਦਾ ਜਿਹੜਾ ਉਤਲਾ ਜਿਹੜਾ ਜੰਡਾ ਪੱਤਾ ਕਿਹੜਾ ਹੁੰਦਾ ਹੈ, ਜਿਹੜਾ ਸਿੱਟੇ ਦੇ ਬਿਲਕੁਲ ਨਾਲ ਪੱਤਾ ਨਿਕਲ ਰਿਹਾ, ਉਹ ਪੱਤਾ ਜਿਹੜਾ ਜੰਡਾ ਪੱਤਾ ਹੋਏਗਾ। ਉਹ ਪੱਤਾ ਤਕਰੀਬਨ ਤੁਸੀਂ ਕਹੋ ਨਾ ਖੁਰਾਕ ਬਣਾਉਣ ਦੇ ਵਿੱਚ ਸਭ ਤੋਂ ਅਹਿਮ ਕਿਰਦਾਰ ਉਸ ਪੱਤੇ ਦਾ ਹੋਏਗਾ।
बिल्कुल अगर वो पत्ता थोड़ा जानदार है, ताकतवर है, या बिल्कुल खुशनुमा है, खुला है, चौड़ा है, बेहतरीन है, तो खुराक जी है वो 100% जी है ना वो उत्ते तैयार हो रही होगी। आप अक्सर गल करते हैं कि यार एक बंदा वह जिगर काम नहीं कर रहा, जिगर काम नहीं कर रहा कि मतलब वह खून नहीं बन रहा, खून जोड़ा वो जिगर नहीं बनाता अपना, हड्डियाँ बना के जिगर च भेजदिया ने, जिगर उन्होंने मिच्योर कर देता है खून में। इसे तरीके नाल खुराक जोड़ा है ना पौधा वो जमीन तो खुराक लेगा, खुराक लेके उत्ते आता है तो उन्होंने उस टाइम सूरज की रोशनी जरूरी है, सूरज की रोशनी पेगी, झंडा पत्ता जो खुशनुमा होएगा सूरज की रोशनी, तुहाड़ी जी खुराक है वो जिस फार्म पौधे को जरूरत होएगी उस उन्होंने जोड़ा ना वो दे देगा। पिछला महीना पूरा देखो तुम, जनवरी का पूरा महीना बंद रहा, किस्म का धूप नहीं निकली, अपने आलू वाले हजरात ने वेखा होना कि अपने बहुत ज़्यादा आलू, खास तौर पर करूडा जोड़ा है उन्हें इस चीज़ में बड़ा स्ट्रैस फील किया, तो इसी तरह गंदम लोगों की पीली हो गई सी, वही वजह है कि खुराक जी है ना सूरज की रोशनी उन्हें नहीं मिल रही। तो सूरज की रोशनी वास्ते कि चीज़ मेन झंडा पत्ता जोड़ा ना वो खुशनुमा होना जरूरी है। तो कुंगी का जोड़ा सब तो खास जो हों ना अटैक वो झंडे पत्ते ही होंगे कि साढ़े झंडे पत्ते के उत्ते एक जरदनुमा जोड़ा ना वो निशानात आ जाते हैं, वो पहचान यह है कि तुम अगर उन्होंने हाथ ना लगाओगे ना हाथ तो वो चिपचिपा जा, जिमें तेल नहीं हों इस तरह का तुम्हें फील होगा, तो वो तुम हाथ पर भी रंग जहा लगेगा जंग की तरह का। ये चीज़ जी है ना तकरीबन 30 तो 40% तक साड़ी जी खुरा जो पौधे की जी असी लैनी है बाद च आउटपुट लैनी है या अपना जरा आ रहा कहने किन्ने मन चक लेने मन जोड़े ना वो घटा देंगे 30 तो 40% तक। उसके वास्ते बहुत जरूरी है कि तुम एक जरा बेहतरीन कुंगी वास्ते या रस्ट वास्ते स्प्रे करो, वो सा जो बेस है साड़ा बेहतरीन फंजीसाइड बेस एक्टिवोल्ड, इन दोनों का मिक्सर जोड़ा है असी तो अपने बेच जो अच्छे साढ़े फार्मर ने उन्होंने उसी तो कहने बल्कि दो स्प्रेयां करो कि जिम्मे हम फार्मर में ऐसा ऐसा पोटाश शल आया वो आप आ चुके हैं पोटाश में समझ चुके हैं तो हम सू गल की जरूरत नहीं पैंती, आप हर चीज़ समझ रहे होंगे पोटाश के बारे में। इस तरीके असं अपने फार्मर बेहतरीन फार्मर कहना चलो हम तुम कम से कम एक स्प्रे लाजमी करो, तो स्प्रे हमेशा जोड़ा होंगे ना वो हफाजती होंगे, आलू वाले हजरात इस चीज़ में वेखते होने कि वह जिन्हें भी स्प्रे करते हैं हफाजती स्प्रे करते हैं, जो एक चीज़ का हमला हो ही गया तो उन्होंने फिर कंट्रोल करना या उन्होंने रोकना बहुत मुश्किल हो जाता है, तो कोशिश करो कि जिन्हें भी स्प्रे करया करो हफाजती करया करो ताकि जो बीमारी आने तो पहले ही थोड़ा जोड़ा ना वह सदेबाब हो जाए। तो एक बेस तो बेस के नाल सा जो एक्टिवोल बायो स्टिमुलेंट इन दोनों जोड़ा ना मिक्स करके तुम एक स्प्रे करना है, इंशाल्लाह तुम बेहतरीन रिजल्ट पाओगे। बायो स्टिमुलेंट जोड़ा वो वैसे भी इस वास्ते जरूरी है कि इस टाइम तुम वेखो कि दर्जा हरारत अज तो 2-3 दिन बाद जिस जिस लिहाज की धुप पै रही है मैंने लगता कि किसी ने भी मैं नहीं कोट पाया तुम्हें भी जैकट ला देनी जिनी गर्मी पै रही है। ठीक है जी, तो अगर अपनी गंदम जी है वो क्रॉसिंग वाल जा रही है तो बहुत ज़्यादा गर्मी भी होगी तो क्रॉसिंग जोड़ा ना वो मसला बन जाता है। तुम वेख रहे हो कि जी अक्तूबर चलाई है या नवंबर या दसंबर असं गल करते हैं कि यार तीनों फसलों साड़ियाँ पक एक टाइम तक आके जाए, लेकिन ये जी कोई मस्बत चीज़ नहीं है मनफी चीज़ है कि थोड़ा एक फसल है उन्हें आहिस्ता आहिस्ता मरला वाल तैयार होना है, एक अचानक गर्मी तैयार हो गई है तो गर्मी वाली का जोड़ा कि झाड़ उन्ना ज़्यादा नहीं आता। तो बायो स्टिमुलेंट का जोड़ा मेन काम एक भी है कि वह जोड़ा अपना पौधा है वह जो टपरेचर है या दर्जा हरारत है उन्होंने जोड़ा ना अपने जोड़ा पौधे दरकार है वो मुताबिक उन्होंने मेनटेन कर देता है। तो बायो स्टिमुलेंट का स्प्रे ये बेस मिक्स करके एक एकड़ू यदा स्प्रे लाजमी करो, असं अपने अच्छे फार्मर्स तो कह रहे हैं तुम दो स्प्रे करो, लेकिन एक स्प्रे जी है वह एक किस्म की थोड़े वास्ते फर्ज है कि तुम अगर थोड़े को 10 एकड़ है या 15 एकड़ है या 20 एकड़ है तुम इस बार ट्रायल लैके वेख लो कि अगर तुम लग रहा है कि यार ये चीज़ जी है साड़ी गंदम नू या साड़ी फसल में बेहतर कर रही है तो तुम इनू जरा ना अगे मुस्तकबिल लाजमी इस्तेमाल करो। तो इस टाइम भी ये तुम किसान जरिए कारपोरेशन साड़ी बेस जमा एक्टिवोल जोड़ा है वो मिल जाएगा। अगली गल असं करांगे अपनी मकई के बारे च, मकई क्योंकि हम साढ़े एक बहुत वड्डी फसल बन चुकी है, ठीक है, क्योंकि साढ़े को ऑप्शन कोई नहीं है दूसरा, कई लोग तो कपास वाल जा रहे हैं पिछली बार रेट की वजह तो, लेकिन कई लोग ये दे दो इंशाल्लाह तुसी तजर्बा करना 10 से 15 मण पैदावार का फर्क है। एक बार मैं जाती तजर्बा अपने काश्त का दस रहा थोड़ा कि 9 दिन की गंदम से पानी के नाल 10 किलो बेस्ट फिट और नाल अद्धा बैग न्यूट्रेक्स या यूरिया मिला के दोगे इंशाल्लाह 10 से 15 900 दूसरे वाला चक्कर नहीं है जिवें बाकियां दा हुंदा ना उपर लिखा कुछ ना तो हुंदा
ਬਾਕੀ ਦੀ ਕੀਮਤ ਦਾ ਡਿਫਰੈਂਸ ਵੀ ਪੁੱਛ ਲਓ ਡਿਫਰੈਂਸ